ਕੀ ਖੇਤੀਬਾੜੀ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਸਰਕਾਰ ਸਿੰਥੈਟਿਕ ਡਰੱਗਸ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਪੋਸਟ ਦੀ ਖੇਤੀ ਕਰਨ ਵਿੱਚ ਕਰਨ ਦਾ ਵਿਚਾਰ ਰੱਖਦੀ ਹੈ? ਜੇਕਰ ਰੱਖਦੀ ਹੈ ਤਾਂ ਕਦੋਂ ਤੱਕ? ਵਾਹ ਬਈ ਵਾਹ, ਸਰਦਾਰ ਹਰਮੀਤ ਸਿੰਘ ਖੁੱਡੀਆਂ ਅੱਡਾ, ਆਪਣਾ ਗੁਰਮੀਤ ਸਿੰਘ ਖੁੱਡੀਆਂ ਜੀ ਖੇਤੀਬਾੜੀ ਮੰਤਰੀ ਜਵਾਬ ਦੇਣਗੇ। ਧੰਨਵਾਦ ਮਾਨਯੋਗ ਸਪੀਕਰ ਸਾਹਿਬ। ਅੱਛਾ ਮੈਨੂੰ ਇੱਕ ਗੱਲ ਦੱਸਿਓ, ਇੱਕ ਮੈਂ ਤੁਹਾਨੂੰ ਇੰਟਰਪਟ ਕਰਦਾ, ਇਹ ਪਹਿਲਾਂ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ, ਇਹ ਪਤਾ ਕਰਕੇ ਦੱਸਿਓ ਜਾਂ ਕੱਲ੍ਹ ਨੂੰ ਦੱਸ ਦਿਓ ਟਾਈਮ ਮਿਲਿਆ ਤੁਹਾਨੂੰ, ਜਾਂ ਬਾਅਦ 'ਚ ਮੈਨੂੰ ਕਨਵੇ ਕਰ ਦਿਓ ਵੀ ਇਹ ਬੰਦ ਕਿਉਂ ਕੀਤੇ ਗਏ ਸੀ, ਕਿਹੜੇ ਕਾਰਨ ਰਾਹੀਂ ਕੀਤੇ ਗਏ ਸੀ? ਜੀ ਕੰਟੀਨਿਊ ਕਰੋ ਜੀ। ਮਾਨਯੋਗ ਸਪੀਕਰ ਸਾਹਿਬ, ਮਾਨਯੋਗ ਮੈਂਬਰ ਸਾਹਿਬ ਨੇ ਇੱਕ ਸਵਾਲ ਕੀਤਾ ਤੇ ਜਿਹਦੇ ਨਾਲ ਮੇਰਾ ਖਿਆਲ ਸਾਰਿਆਂ ਦੇ ਚਿਹਰੇ ਖਿੜ ਗਏ ਹੈ। ਤੇ ਮੈਂ ਵੀ ਉਸ ਉਮਰ ਵੱਲ ਚੱਲਿਆ ਜਾ ਰਿਹਾ ਜਿੱਥੇ ਸ਼ਾਇਦ ਲੋੜ ਪੈ ਜਾਂਦੀ ਹੈ। ਤੇ ਵੈਸੇ ਸਵਾਲ ਮੁਤਾਬਕ ਜਿਹੜਾ ਇਹਦਾ ਜਵਾਬ ਆ ਜੀ, ਕਿ ਸਰਕਾਰ ਕੋਲ ਅਜੇ ਇਹੋ ਜਿਹੀ ਕੋਈ ਇਰਾਦਾ ਨਹੀਂ ਰੱਖਦੀ ਕਿ, ਕਿਉਂਕਿ ਇਹ ਵੀ ਇੱਕ ਨਸ਼ਾ ਹੈ, ਇਸ ਲਈ ਸਰਕਾਰ ਦਾ ਕੋਈ ਇਰਾਦਾ ਨਹੀਂ। ਠੀਕ ਹੈ, ਥੈਂਕ ਯੂ ਹਰਮੀਤ ਜੀ। ਮੈਂ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦਾ, IVF ਸੈਂਟਰ ਇਸੇ ਡਰੱਗਸ ਨਸ਼ੇ ਕਰਕੇ ਸਬੈਕ ਗੋਲੀਆਂ ਜਿਹੜੇ ਇਹ ਨਸ਼ੇ ਆ, ਇਹਨਾਂ ਨੇ ਪੰਜਾਬ ਦੀ ਜਵਾਨੀ ਖਤਮ ਕਰਤੀ। 2007 ਤੋਂ ਪਹਿਲਾਂ ਵੀ ਥੋੜ੍ਹਾ ਜਿਹਾ ਇਹ ਆਉਣਾ ਸ਼ੁਰੂ ਹੋਇਆ ਪੰਜਾਬ 'ਚ, ਅੱਜ ਆਹ ਹਾਲਾਤ ਹੋ ਗਿਆ ਵੀ ਸਾਨੂੰ ਇਹ ਜਿਹੜੇ ਸੈਂਟਰ 136 ਸੈਂਟਰ ਖੁੱਲ੍ਹ ਗਏ ਪੰਜਾਬ ਦੇ ਵਿੱਚ, ਇਹਦਾ ਇੱਕੋ ਕਾਰਨ ਹੈ ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਲੋਕ ਪੁਰਾਣੇ, ਉਹ ਆਪਣਾ ਘਰੇਲੂ ਕੰਮ ਵੀ ਕਰਦੇ ਸੀ, ਖੇਤੀਆਂ ਵੀ ਕਰਦੇ ਸੀ, ਅੱਜ ਉਹਨਾਂ ਦੇ ਪਿੱਛੇ ਕੋਈ ਵੀ ਬੰਦਾ ਇੱਕ ਨਹੀਂ ਕਹਿ ਸਕਦਾ ਵੀ ਮੇਰਾ ਬੰਦਾ ਭੁੱਕੀ ਖਾ ਕੇ ਮਰ ਗਿਆ ਜਾਂ ਫੀਮ ਖਾ ਕੇ ਮਰ ਗਿਆ। ਅੱਜ ਮੈਂ ਪਿੱਛੇ ਨਾ ਜ਼ਿਆਦਾ ਜਾਂਦਾ ਹੋਇਆ, 2020 ਤੋਂ ਲੈ ਕੇ 31 ਮਾਰਚ 2023 ਤੱਕ 266 ਮੌਤਾਂ ਹੋਈਆਂ ਇਸ ਨਸ਼ੇ ਨਾਲ, ਉਦੋਂ ਬਾਅਦ 1 ਮਾਰਚ ਤੋਂ ਲੈ ਕੇ ਇਸ ਮਾਰਚ ਤੱਕ 159 ਮੌਤਾਂ ਹੋ ਗਈਆਂ। ਇਹ ਜਿਹੜੇ ਬਾਹਰਲੇ ਮੁਲਕ ਆ ਉਹ ਆਪਣੇ ਤੋਂ ਮੇਰਾ ਖਿਆਲ ਹੈ ਵੀ ਜ਼ਿਆਦਾ ਤੇਜ਼ ਆ, ਉਹਨਾਂ 'ਚ ਲੀਗਲ ਆ, ਅਤੇ ਆਪਾਂ ਨੂੰ ਆਪਣੇ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਜਾਂ ਅੱਜ ਜੋ ਨਸ਼ਿਆਂ ਦੇ ਵਿੱਚ ਸਾਰਾ ਮੁਲਕ ਸਮੈਕਾਂ ਦੇ ਵਿੱਚ ਤੁਰ ਪਿਆ, ਹਰ ਇੱਕ ਬੰਦੇ ਦਾ ਜ਼ੋਰ ਲੱਗਾ, ਗੋਲੀਆਂ ਆ ਰਹੀਆਂ, ਆਹ ਜਿਹੜੇ ਸੈਂਟਰ ਖੁੱਲ੍ਹ ਗਏ ਆ, ਇਹ ਆਉਣ ਵਾਲੀ ਜਿਹੜੀ ਜਵਾਨੀ ਉਹ ਬਿਲਕੁਲ ਖਤਮ ਹੋ ਜੂਗੀ। ਇਹ ਜਿਹੜਾ ਨਸ਼ਾ ਆ ਇਹ ਕੁਦਰਤੀ ਨਸ਼ਾ ਆ, ਜਿਹੜਾ ਪੋਸਟ ਆ ਇਹ ਖੇਤੀ ਆ, ਰਾਜਸਥਾਨ 'ਚ ਹੋ ਰਹੀ ਆ, ਇਹ MP 'ਚ ਹੋ ਰਹੀ ਆ, ਮੱਧ ਪ੍ਰਦੇਸ਼ ਹਰ ਇੱਕ ਥਾਂ ਹੋ ਰਹੀ ਹੈ, ਅਤੇ ਇਹਦੇ 'ਚ ਆਪਣਾ ਇੱਕ ਤਾਂ ਪੰਜਾਬ ਦਾ ਰੈਵੀਨਿਊ ਵਧੂਗਾ, ਉਹਦੇ 'ਚ ਇਤਰਾਜ਼ ਨਹੀਂ ਵੈਸੇ ਚਾਹੀਦਾ, ਹਿਮਾਚਲ ਉਹਨੂੰ ਸ਼ੁਰੂ ਕਰਨ ਵਾਲਾ, ਬਾਹਰਲਿਆਂ ਮੁਲਕਾਂ 'ਚ ਬਹੁਤ 'ਚ ਇਹ ਹੋ ਚੁੱਕਾ, ਇਹ ਸਾਰੇ ਭਾਵਾਂ ਵਿਰੋਧੀ ਤੇ ਰਿਹਾ, ਇਹਨਾਂ ਦਾ ਵੀ ਜੀ ਕਰਦਾ ਗੱਲਾਂ ਕਰਨ ਨੂੰ ਪਰ ਡਰਦੇ ਸਾਰੇ ਆ ਵੀ ਇਹ ਮੇਰੇ 'ਤੇ ਤਵਾ ਲੱਗੂਗਾ। ਅੰਦਰੂਨੀ ਸਾਰੇ ਖੁਸ਼ ਆ, ਅੰਦਰੋਂ ਜਿੰਨੇ ਵੀ ਚਾਹੇ ਅਫਸਰ ਬੈਠੇ ਆ ਸਾਰੇ ਕੋਈ ਨਾ ਕੋਈ ਮਾੜਾ ਮੋਟਾ ਇਸ ਚੀਜ਼ ਵੱਲ ਧਿਆਨ ਰੱਖਣ, ਅਤੇ ਇਹਦੇ ਵੱਲ ਜ਼ਰੂਰ ਬਾਹਰਲਿਆਂ ਮੁਲਕਾਂ ਦੇ ਵਿੱਚ ਜੇ ਨਹੀਂ ਅਜੇ ਤਜਵੀਜ਼ ਤਾਂ ਠੇਕੇ ਜ਼ਰੂਰ ਖੋਲ੍ਹੇ ਜਾਣ, ਤਾਂ ਕਿ ਜਿਹੜੀ ਸਾਡੀ ਉਹ ਜਵਾਨੀ ਆ ਉਹ ਸਿੰਥੈਟਿਕ ਨਸ਼ਿਆਂ ਤੋਂ ਬਚ ਸਕੇ। ਥੈਂਕ ਯੂ।
ਅਵਤਾਰ ਜੂਨੀਅਰ, ਤਕਰੀਬਨ ਪਿਛਲੇ 15 ਸਾਲ ਤੋਂ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨਸ਼ਾ, ਜਿਹਦੇ ਵਿੱਚ ਚਿੱਟੇ ਦਾ ਨਸ਼ਾ ਜੀ, ਅਤੇ ਪਿਛਲੇ ਲੰਬੇ ਸਮੇਂ ਦੇ ਵਿੱਚ 15 ਸਾਲਾਂ ਤੋਂ ਬੜਾ ਨੌਜਵਾਨੀ ਦਾ ਨੁਕਸਾਨ ਹੋ ਰਿਹਾ ਜੀ, ਘਾਣ ਹੋ ਰਿਹਾ। ਅੱਜ ਕੱਲ੍ਹ ਇੱਕ ਇੱਕ ਦੋ ਦੋ ਬੱਚੇ ਨੇ ਜੀ, ਲੜਕੀ ਨੂੰ ਵਿਆਹ ਕੇ ਤੋਰ ਦਿੰਦੇ ਨੇ। ਬਹੁਤ ਸਾਰੇ ਮੈਂ ਪਰਿਵਾਰਾਂ ਦੇ ਵਿੱਚ ਦੇਖਿਆ ਜਾਣਦਾ, ਅਤੇ ਲੜਕਾ ਚਿੱਟੇ ਦਾ ਸ਼ਿਕਾਰ ਹੋ ਜਾਂਦਾ। ਅਤੇ ਮੈਂ ਪਠਾਨ ਬਾਜਰਾ ਸਾਹਿਬ ਨਾਲ ਸਹਿਮਤ ਹਾਂ ਜੀ, ਇਹਨਾਂ ਨੇ ਪੋਸਟ ਦੀ ਖੇਤੀ ਦੀ ਗੱਲ ਕੀਤੀ ਸੀ। ਸਰ, ਜਿਹੜਾ ਇਹ ਪੋਸਟ ਦੀ ਗੱਲ ਜਾਂ ਫੀਮ ਦੀ ਗੱਲ, ਇਹ ਸਾਡੇ ਬਜ਼ੁਰਗ ਸਦੀਆਂ ਤੋਂ ਵਰਤਦੇ ਆਏ ਆ ਜੀ। ਸਾਡੇ ਬਜ਼ੁਰਗ ਅਫੀਮ ਜਾਂ ਪੋਸਤ ਦਾ ਸੇਵਨ ਕਰਦੇ ਸੀ, ਹਾੜੀਆਂ ਵੱਢਦੇ ਸੀ, ਮੰਡਲੀਆਂ ਲਾਉਂਦੇ ਸੀ, ਤੂੜੀਆਂ ਢੋਂਦੇ ਸੀ, ਸਿਟੀਆਂ ਪੱਟਦੇ ਸੀ, ਬਹੁਤ ਕੰਮ ਕਰਦੇ ਸੀ, ਅਤੇ ਕੋਈ ਵੀ ਮੌਤ ਨਹੀਂ ਸੀ ਹੋਈ। ਅਤੇ ਮੈਂ ਪਠਾਨ ਮਾਜਰਾ ਸਾਹਿਬ ਨਾਲ ਸਹਿਮਤ ਹੁੰਦਾ ਹੋਇਆ ਮੈਂ ਇਸ ਗੱਲ ਦਾ ਸਮਰਥਨ ਕਰਦਾ ਕਿ ਇਸ ਗੱਲ 'ਤੇ ਸਰਕਾਰ ਵੱਲੋਂ ਗੌਰ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਜਿਹੜੀ ਪੋਸਤ ਦੀ ਖੇਤੀ ਕੀਤੀ ਜਾਵੇ, ਕਿਉਂਕਿ ਬਹੁਤ ਸਾਰੇ ਵੈਦ ਡਾਕਟਰ ਵੀ ਦੱਸਦੇ ਆ ਕਿ ਜਦੋਂ ਸਾਨੂੰ ਕੋਈ ਪੈਰਾਲਾਈਜ਼ ਜਾਂ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਅਫੀਮ ਦਾ ਸੇਵਨ ਦੱਸਦੇ ਆ, ਅਤੇ ਅਫੀਮ ਆ ਜਿਹੜੀ ਉਹ ਪੋਸਤ ਤੋਂ ਹੀ ਪੈਦਾ ਹੁੰਦੀ ਆ। ਸੋ ਮੇਰਾ ਸਮਰਥਨ ਆ, ਅਤੇ ਮੈਂ ਚਾਹੁੰਦਾ ਵੀ ਇਹ 'ਤੇ ਗੌਰ ਕੀਤੀ ਜਾਵੇ।